ਉੱਥੇ ਮੈਂ ਸਾਈਡ 'ਤੇ ਕਸਟਮਰ ਦਾ ਫੋਨ ਆਉਣ ਡਿਆ ਸੀ ਅਤੇ ਮੈਂ ਸਾਈਡ 'ਤੇ ਸਕੂਟਰੀ ਲਗਾ ਕੇ ਅਤੇ ਖਜੂਰੀ ਗੇਟ ਪੈਟਰੋਲ ਪੰਪ ਦੀ ਜਿਹੜੀ ਪਿਛਲੀ ਗਲੀ ਵਿੱਚ ਆ ਉੱਥੇ ਮੈਂ ਖਜੂਰੀ ਗੇਟ ਪੈਟਰੋਲ ਪੰਪ ਦੀ ਪਿਛਲੀ ਗਲੀ ਵਿੱਚ ਉਹ ਲਾ ਕੇ ਸਕੂਟਰੀ ਲਗਾ ਕੇ ਫੋਨ ਸੁਣਦਾ ਪਿਆ ਸੀ ਅਤੇ ਯਕਦਮ 'ਤੇ ਅੱਗਿਓ ਆਏ ਆ ਆਣ ਕੇ ਮੈਨੂੰ ਸਿੱਧਾ ਕੁਛ ਨਹੀਂ ਪੁੱਛਿਆ ਕੁਛ ਨਹੀਂ ਕਿਸੇ ਬਸ ਅਗਰ ਜਿਹੜੇ ਪਿਛਲੇ ਮੁੰਡਾ ਜਿਹੜਾ ਮੈਨੂੰ ਕੁੱਟਣ ਡਾਈ ਉਹਨੇ ਅਗਲੇ ਨੂੰ ਪੁੱਛਿਆ ਇਹੀ ਮੁੰਡਾ ਵਾ ਪੜ੍ਹ ਕੇ ਬਸ ਮੈਨੂੰ ਕੁੱਟਣ ਲੱਗ ਪਿਆ ਸਿੱਧਾ ਲਿਆ ਕੇ ਮੇਰੇ ਸਿਰ 'ਚ ਇੱਟ ਮਾਰਤੀ ਆ ਅਤੇ ਉਸ ਤੋਂ ਬਾਅਦ ਮੇਰੇ ਇੱਟ ਮਾਰਨ ਤੋਂ ਬਾਅਦ ਬਾਅਦ ਵਿੱਚ ਮੈਨੂੰ ਮਤਲਬ ਕੁੱਟੀ ਜਾਣ ਡੇ ਉਸ ਤੋਂ ਬਾਅਦ ਕੁੱਟ ਕੁੱਟ ਕੇ ਮੈਂ ਕਾਫੀ ਦੇਰ ਕਿਹਾ ਗਲਤੀ ਕੀ ਆ ਕੁਝ ਦੱਸਣ ਤੋਂ ਬਿਨਾਂ ਹੀ ਮੈਨੂੰ ਕੁੱਟ ਕੇ ਉਸ ਤੋਂ ਬਾਅਦ ਬਾਈਕ ਦੇ ਪਿੱਛੇ ਜ਼ਬਰਦਸਤੀ ਧੱਕੇ ਨਾਲ ਮੈਨੂੰ ਬਿਠਾਇਆ ਵਾ ਪਿੱਛੇ ਬਿਠਾ ਕੇ ਬਾਅਦ ਵਿੱਚ ਮੈਨੂੰ ਰਸਤੇ ਖਜੂਰੀ ਗੇਟ ਚੌਂਕ ਦੇ ਵਿੱਚੋਂ ਦੀ ਲੈ ਕੇ ਪਿੱਛੋਂ ਐੱਸ ਐੱਲ ਬਾਬਾ ਕੋਲੇਜ ਥਾਣੀ ਲੈ ਕੇ ਮੈਨੂੰ ਮਤਲਬ ਆਪਣਾ ਰਸਤੇ ਵਿੱਚ ਮੈਨੂੰ ਪਿਸਟਲ ਦਿਖਾਉਂਦੇ ਰਹੇ ਆ ਕਿ ਤੈਨੂੰ ਗੋਲੀ ਮਾਰ ਦਾਂਗੇ ਜੇ ਤੂੰ ਮੇਰਾ ਫੋਨ ਵੀ ਖੋਲਿਆ ਮੇਰੇ ਕੋਲ ਫੋਨ ਵੀ ਲੈ ਲਿਆ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਪੈਸੇ ਵੀ ਕੱਢੇ ਆ ਮੇਰੇ ਜਿੰਨੇ ਜੇਬ ਵਿੱਚ ਪੈਸੇ ਸੀਗੇ ਉਹਨੇ ਮੇਰੇ ਪੈਸੇ ਵੀ ਕੱਢ ਲਏ ਅਤੇ ਉਸ ਤੋਂ ਬਾਅਦ ਉਹਦੇ ਥਾਣੀ ਲੈ ਕੇ ਗਏ ਆਪਣਾ ਬੇਰਿੰਗ ਕੋਲੇਜ ਮਾਜਨ ਹੋਸਪਿਟਲ ਥਾਣੀ ਪਾ ਕੇ ਬੇਰਿੰਗ ਕੋਲੇਜ ਥਾਣੀ ਲੈ ਕੇ ਗਏ ਆ ਮੈਨੂੰ ਬੇਰਿੰਗ ਕੋਲੇਜ ਥਾਣੀ ਲੈ ਕੇ ਜਾ ਕੇ ਫਿਰ ਕਾਦੀਆਂ ਵਾਲੀ ਚੁੰਗੀ ਅਤੇ ਮੈਂ ਚੱਲਦੇ ਮੋਟਰਸਾਈਕਲ ਤੋਂ ਛਾਲ ਮਾਰੀ ਆ ਫਿਰ ਉਸ ਤੋਂ ਬਾਅਦ ਮੇਰਾ ਪਿੱਛਾ ਥੋੜ੍ਹੀ ਦੇਰ ਪਿੱਛਾ ਕੀਤਾ ਵਾ ਬਾਅਦ ਵਿੱਚ ਚੱਲ ਗਏ ਆ ਜਦੋਂ ਮੈਂ ਆਪਣੇ ਘਰ ਵੜ ਗਿਆ ਵਾਂ ਫਿਰ ਚੱਲ ਗਏ ਆ ਕਿੰਨੇ ਵੀ ਜਣੇ ਸੀ ਦੋ ਜਣੇ ਸੀ ਦੋ ਜਣੇ ਅੱਗੇ ਵੇਖਿਆ ਕਦੀ ਉਹਨਾਂ ਨੂੰ ਪਹਿਲਾਂ ਮੈਂ ਕਦੀ ਨਹੀਂ ਦੇਖੇ ਪੁਲਿਸ ਨੂੰ ਸ਼ਿਕਾਇਤ ਕੀਤੀ ਪੁਲਿਸ ਹਲੇ ਕਾਰਵਾਈ ਚੱਜ ਨਾਲ ਕਰਨ ਨਹੀਂ ਰਹੀ ਬੜੀ ਮੰਦਭਾਗੀ ਘਟਨਾ ਪਰ ਇਸ ਘਟਨਾ ਦਾ ਅੰਜਾਮ ਅੱਗੇ ਵੀ ਇੱਕ ਵਾਰੀ ਹੋਇਆ ਸੀ ਚਲੋ ਅਸੀਂ ਉਸ ਨੂੰ ਨਿਆਂ ਦਵਾ ਕੇ ਅਤੇ ਖਤਮ ਕਰ ਦਿੱਤਾ ਸੀ ਲੇਕਿਨ ਇਹ ਜਿਹੜੇ ਵਿਰੋਧੀ ਪਾਰਟੀਆਂ ਦੇ ਕੁਛ ਛੋਹਦੇ ਲੀਡਰ ਹਨ ਨਿੱਕੇ ਲੈਵਲ ਦੇ ਬਿਲਕੁਲ ਛੋਟੇ ਲੈਵਲ ਦੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਵੀ ਲੀਡਰੀ ਕੀ ਚੀਜ਼ ਹੁੰਦੀ ਸਮਾਜ ਦੀ ਸੇਵਾ ਕੀ ਚੀਜ਼ ਹੁੰਦੀ ਲੀਡਰੀ ਦਾ ਮਤਲਬ ਹੈ ਸਮਾਜ ਦੀ ਸੇਵਾ ਉਹਨਾਂ ਨੇ ਕੁਛ ਇਹੋ ਜਿਹੇ ਸ਼ੈਤਾਨ ਅਨਸਰ ਛੱਡੇ ਆ ਕਦੋਂ ਉਹ ਜਾਣ ਬੁੱਝ ਕੇ ਇਹੋ ਜਿਹਾ ਕੰਮ ਕਰਾਉਂਦੇ ਆ ਤਾਂ ਕਿ ਇਹ ਪਾਰਟੀ ਦੇ ਉੱਤੇ ਧੱਬਾ ਲੱਗੇ ਜਦਕਿ ਪਾਰਟੀ ਇੱਕ ਇੱਕ ਬੰਦੇ ਦੇ ਨਾਲ ਹੁਣ ਇੱਕ ਬ੍ਰੈਡ ਵੇਚਣ ਦੇ ਨਾਲ ਵੇਚਣ ਵਾਲਾ ਜਿਹੜਾ ਉਹਦੇ ਨਾਲ ਇੱਕ ਮੁਲਾਜ਼ਮ ਨਹੀਂ ਦਿੱਤਾ ਜਾ ਸਕਦਾ ਇਹ ਜਾਣ ਬੁੱਝ ਕੇ ਸ਼ੈਤਾਨੀ ਹਰਕਤਾਂ ਕਰਾਉਂਦੇ ਆ ਅਸੀਂ ਇਹਦੀ ਤਹਿ ਤੱਕ ਜਾਵਾਂਗੇ ਮੇਰੀ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲ ਹੋ ਚੁੱਕੀ ਆ ਦਿਲਬਾਗ ਐਸਆਈ ਇਹਨਾਂ ਦਾ ਡਿਊਟੀ ਅਫਸਰ ਆ ਉਹਨਾਂ ਕੋਲ ਇਹਨਾਂ ਦੀ ਦਰਖਾਸਤ ਚੱਲ ਰਹੀ ਆ ਵੀਡੀਓ ਵੀ ਉਹਨਾਂ ਨੇ ਇਹਨਾਂ ਨੂੰ ਲੈ ਕੇ ਦਿੱਤੀ ਆ ਵੀਡੀਓ ਵੀ ਉਹਨਾਂ ਨੇ ਲੈ ਕੇ ਦਿੱਤੀ ਪੁੱਛੋ ਇਹਨਾਂ ਨੂੰ ਰਮਨ ਹੋਣਾ ਨੂੰ ਬਾਕੀ ਉਹ ਪੂਰੀ ਤਹਿਕ ਕਰ ਰਿਹਾ ਉਹਨੂੰ ਪਤਾ ਵੀ ਇਹ ਖਜੂਰੀ ਗੇਟ ਤੋਂ ਲੈ ਕੇ ਅਤੇ ਕਪੂਰੀ ਗੇਟ ਦੇ ਅੰਦਰ ਅੰਦਰ ਇਹ ਸ਼ੈਤਾਨ ਦੋ ਬੰਦੇ ਜਿਹੜੇ ਵੀ ਜਿਨ੍ਹਾਂ ਨੇ ਹਰਕਤ ਕੀਤੀ ਆ ਕੋਈ ਅਸੀਂ ਗੱਲ ਨਹੀਂ ਇਹਨੂੰ ਨੱਥ ਪਾਵਾਂਗੇ ਔਰ ਬਕਾਇਦਾ ਇਹਦੇ ਮਗਰ ਜਿਹੜਾ ਸ਼ੈਤਾਨੀ ਚਾਹੇ ਉਹ ਛੋਟਾ ਮੋਟਾ ਜਿਹੜਾ ਵੀ ਉਹ ਆਪਣੇ ਅਨਹੋਣੀ ਹਰਕਤ ਕਰਨ ਵਾਲਾ ਦਿਮਾਗ ਚੱਲ ਰਿਹਾ ਇਹਦੇ ਵਿੱਚ ਉਹਨੂੰ ਵੀ ਨਾਲ ਲਿਆਵਾਂਗੇ ਅਤੇ ਉਹਦੇ ਉੱਤੇ ਵੀ ਬਣਦੀ ਕਾਰਵਾਈ ਕਰਾਵਾਂਗੇ।